ਮੌਜੂਦਾ ਹਾਲਾਤ 'ਚ ਸਾਡੀ ਫੋਰੈਂਸਿਕ ਦੀ ਟੀਮ ਆ ਰਹੀ ਹੈਗੀ ਹੈ ਚੰਡੀਗੜ੍ਹ ਤੋਂ, ਜਿਹੜਾ ਇੱਥੋਂ ਸੈਂਪਲ ਵਗੈਰਾ ਕਲੈਕਟ ਕਰੇਗੀ, ਅਤੇ ਉਸ ਤੋਂ ਬਾਅਦ NDRF ਦੀ ਟੀਮ ਹੈਗੀ ਹੈ ਜਿਹੜੀ ਇੱਥੇ ਸਾਰਾ ਮਲਬਾ ਵਗੈਰਾ ਉਹਨੂੰ ਇੱਥੋਂ ਕਰਨ ਕੀਤੀ। ਕਿਹੜੇ ਮੁੱਦਿਆਂ 'ਤੇ ਜਾਂਚ ਕਰ ਰਹੇ ਹੋ ਜੀ, ਕਿਹੜੇ ਕਿਸ ਪਾਸੇ ਨੂੰ ਜਾ ਰਹੀ ਹੈ ਜਾਂਚ? ਜਾਂਚ ਦੇਖੋ ਇਹ ਤਾਂ ਬਹੁਤ ਹਜੇ ਇਟ ਵਿਲ ਬੀ ਟੂ ਅਰਲੀ ਕਿ ਮੈਂ ਤੁਹਾਨੂੰ ਕੁਛ ਦੱਸਾਂ ਕਿ ਕਿਹੜੇ ਪਾਸੇ ਨੂੰ ਜਾ ਰਹੀ ਹੈ, ਪਰ ਲੱਗੇ ਹੋਏ ਹਾਂ ਅਸੀਂ ਵੀ ਟੂ ਅਸਰਟੇਨ ਕੀ ਕਾਜ਼ਸ ਹੈਗੇ ਨੇ ਇਹਦੇ ਬਲਾਸਟ ਦੇ। ਮੈਮ ਅਸੀਂ ਕੱਲ੍ਹ ਦੇ ਕਵਰ ਕਰ ਰਹੇ ਹਾਂ, ਵੱਡੇ ਨੁਕਸਾਨ ਦੀ ਖਬਰ ਹੈ, ਮੇਰਾ ਇੱਕ ਅਹਿਮ ਸਵਾਲ ਹੈ, ਮਹਿਜ 100 ਮੀਟਰ ਦੀ ਦੂਰੀ ਤੇ ਪੰਜਾਬ ਪੁਲਿਸ ਦਾ ਨਾਕਾ ਹੈ, ਕੀ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਸੀ ਵੀ ਇੱਕ ਇਲੀਗਲ ਫੈਕਟਰੀ ਚੱਲ ਰਹੀ ਹੈ, ਲਾਇਸੈਂਸ ਦਾ ਰੀਨਿਊ ਨਹੀਂ ਹੈ, ਸਾਡੇ CID ਸਾਡੇ ਜਿਹੜੇ ਜੰਤਰ ਤੰਤਰ ਨੇ ਉਹ ਕਿੱਥੇ ਖਤਮ ਹੋ ਜਾਂਦੇ ਨੇ ਇਹੋ ਜਿਹੇ ਮੁੱਦਿਆਂ ਤੇ ਜੀ? ਦੇਖੋ ਸਾਰੀ ਪੰਜਾਬ ਪੁਲਿਸ ਬਹੁਤ ਮੁਸਤੈਦੀ ਦੇ ਨਾਲ ਆਪਣਾ ਕੰਮਕਾਰ ਕਰ ਰਹੀ ਹੈ, ਬਾਬਾ ਜੀ ਦਾ ਵਿਆਹ ਹੈ, ਸਾਰਿਆਂ ਦੀ ਡਿਊਟੀਆਂ ਲੱਗੀਆਂ ਨੇ, ਹਰ ਕੋਈ ਆਪਣੀ ਮੁਸਤੈਦੀ ਨਾਲ ਡਿਊਟੀ ਕਰ ਰਿਹਾ ਜਿੱਥੇ ਉਹਨਾਂ ਦੀ ਲਗਾਈ ਗਈ ਹੈ ਜੀ। ਠੀਕ ਹੈ, ਲੇਕਿਨ ਇਹਨਾਂ ਨਹੀਂ ਪਤਾ ਸੀ ਵੀ ਇਹ ਫੈਕਟਰੀ ਇਲੀਗਲ ਹੈ, ਕਿਸੇ ਨੂੰ ਇਹ ਪਤਾ ਨਹੀਂ ਸੀ, ਇਹਦਾ ਮੈਂ ਕੋਈ ਜਵਾਬ ਨਹੀਂ ਦੇ ਸਕਦੀ ਜੀ। ਹੁਣ ਹਾਲਾਤ ਕੀ ਹੈ, ਲਾਸਟ ਸਵਾਲ ਹੈ ਮੇਰਾ, ਹੁਣ ਦੱਸ ਜੋ ਵੀ ਹੁਣ ਨੈਕਸਟ ਟਾਈਮ ਤੁਸੀਂ ਕਿੱਦਾਂ ਦੀ ਤਿਆਰੀ ਕਰ ਰਹੇ ਹੋ, ਇਸ ਜੋ ਨੁਕਸਾਨ ਹੋਇਆ ਇਹਦੇ ਨਾਲ ਨਜਿੱਠਣ ਲਈ ਕੀ ਕਰ ਰਹੇ ਹੋ ਤੁਸੀਂ? ਦੇਖੋ ਜੀ ਇਸ ਦੇ ਨਾਲ ਜਿਹੜਾ ਵੀ ਨਜਿੱਠਣ ਲਈ ਐਡਮਿਨਿਸਟ੍ਰੇਸ਼ਨ ਪੂਰਾ ਇਸ ਟਾਈਮ ਆਪਣਾ ਪੱਬਾ ਭਾਰ ਹੋਇਆ ਪਿਆ, ਸਾਰਾ ਕਰ ਰਹੇ ਨੇ, ਸਾਰੇ ਇਹਦੇ ਵਿੱਚ ਸਾਰੀਆਂ ਐਫਰਟਸ ਲਾ ਰਹੇ ਨੇ, ਜਿਹੜੇ ਡੈਡ ਬੋਡੀਜ਼ ਨੇ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਹੈ, ਘਰਦਿਆਂ ਉਹਨਾਂ ਦੀ ਸ਼ਨਾਖਤ ਹੋ ਰਹੀ ਹੈ, ਪੁਲਿਸ ਆਪਣਾ ਜੋ ਵੀ ਕਾਰਵਾਈ ਹੈਗੀ ਉਹ ਅਮਲ ਵਿੱਚ ਲੈ ਕੇ। ਹੁਣ ਤੱਕ ਮੌਤ ਦਾ ਅੰਕੜਾ ਤੁਹਾਡੇ ਕੋਲ ਕਿੰਨਾ ਹੈ ਜੀ? ਸਾਡੇ ਕੋਲ ਹੈਗਾ 23। ਹਾਂਜੀ, ਸੋ ਥੈਂਕ ਯੂ। ਇਹ ਸਨ ਪ੍ਰਵਿੰਦਰ ਕੌਰ ਜੀ ਜਿਹੜੇ ਕਿ ਸਾਨੂੰ ਦੱਸ ਰਹੇ ਸੀ ਵੀ ਕਿੱਦਾਂ ਸਾਰਾ ਕੁਝ ਹੁਣ ਜਾਂਚ ਕੀਤੀ ਜਾਵੇਗੀ, ਜਾਂਚ ਪੜਤਾਲ ਦੇ ਨਾਂ ਤੇ ਫਿਰ ਸ਼ਾਇਦ ਪੰਜਾਬੀਆਂ ਨੂੰ ਮੂਰਖ ਬਣਾਇਆ ਜਾਵੇਗਾ, ਪੰਜਾਬ ਸਰਕਾਰ ਸ਼ਾਇਦ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਇਦਾਂ ਦਾ ਕੁਝ ਹੋ ਰਿਹਾ, ਸਾਰੇ ਲੋਕ ਕਹਿ ਰਹੇ ਨੇ ਇਲੀਗਲ ਫੈਕਟਰੀ ਹੈ, ਪਰ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਪੁਲਿਸ ਜਿਹੜੀ 100 ਮੀਟਰ ਤੇ ਨਾਕਾ ਲਾ ਸਕਦੀ ਹੈ, ਪਰ ਇਹ ਕਹਿਣ 'ਚ ਕਤਰਾ ਰਹੀ ਹੈ ਕਿ ਸਾਨੂੰ ਨਹੀਂ ਪਤਾ ਸੀ, ਅਸੀਂ ਇਹਦਾ ਜਵਾਬ ਨਹੀਂ ਦੇਵਾਂਗੇ, ਫੈਕਟਰੀ ਲੀਗਲ ਸੀ ਜਾਂ ਇਲੀਗਲ।